और आप मेरे बैकग्राउंड में पीछे देख रहे होंगे काफ़ी रश लगा हुआ है और ये रश जो लगा हुआ है ये है यहाँ पर जट साहब हैं और वो बड़े फेमस हैं अपनी अपनी गुफ्तु को लेके उनके सामने आप कोई सही बात भी अगर कहेंगे ना और उनको कहेंगे इसको रिपीट करो तो वो सही बात भी उनसे रिपीट नहीं होती क्योंकि वो नेचुरली है जो है कुछ बना बनाया नहीं होता उसमें और बड़ी मज़े मजे की बातें करते हैं और फ़नी बातें करते हैं तो उनसे मुलाकात के लिए आ जाए वे यहाँ पर चल के उनका इंटरव्यू लेते हैं और देखते हैं कि वो जो नेचुरल फ़्लो में बातें करते हैं वो कैसे करते हैं सलाम जी साहब क्या हाल है ठीक ठाक ठीक है चिमा साहब आपका क्या हाल है जी अलहमदिल्ला देखिए चिमा साहब इंटरनेट पे ना सही बताएं जो साफ सुथरी कॉमेडी और चेहरे पे मुस्कुराहट लाने वाला जो कंटेंट इस टाइम हम लोग देख रहे हैं ना वो आप दोनों की जोड़ी है तो हमसे रहा नहीं गया हमने कि यार चक्कर लगा के आते हैं आपके गाँव का भी विजिट किया है और आपसे मिलने आ गए जरा बताएं बताइए क्या सिलसिला चल रहा है नेट पर तरह शुरुआत हुई शुरुआत टिकटॉक पर की थी और शुरुआत में स्टार्टिंग में तो हमें बिल्कुल पता नहीं था कि इस तकदर कदर हमारी वीडियो जो वायरल होगी ठीक है, है कोई प्रील प्लान नहीं अचानक ही बस बैठे बैठे ऐसे डेरे पर बैठे थे तो जाट साहब ना वो टेबल सुना रहे थे बच्चों को तो फर्स्ट टाइम मुझे अभी भी याद है कि जाट साहब ने जो टेबल सुनाया था वो जाट साहब कह रहे थे कि एक चौका चौका दो चौके बारह तीन चौके चौबी ਉਹ ਇੰਨੀ ਗੱਲ ਸੁਣੀ ਤੇ ਮੈਨੇ ਕਹਾ ਜੱਟ ਸਾਹਿਬ ਫਿਰ ਦੁਬਾਰਾ ਰਿਪੀਟ ਕਰਨਾ ਦੁਬਾਰਾ ਰਿਪੀਟ ਕਰੇ ਜੱਟ ਸਾਹਿਬ ਨੇ ਰਿਪੀਟ ਕੀਤਾ ਔਰ ਮੈਨੇ ਉਹ ਨਾ ਵੀਡੀਓ ਜੋ ਨਾ ਡਾਊਨਲੋਡ ਬਣਾ ਕੇ ਨਾ ਮੈਨੇ ਜੱਟ ਸਾਹਿਬ ਨੇ ਪਹਿਲੇ ਪਹਿਲੇ ਚੋਕੇ ਮਾਰੇ ਥੇ ਜੋ ਪਹਿਲੇ ਚੋਕੇ ਮਾਰਦੇ ਉਹ ਮੈਂ ਟਿਕਟੋਕ ਤੇ ਲਾਈ ਏ ਤੇ ਦੁਪਹਿਰ ਇਸ ਟਾਈਮ ਲਾਈ ਸੀ ਤੇ ਸ਼ਾਮ ਤੀਕਰ ਉਹ ਵੀਡੀਓ ਨੂੰ ਚੋਕੇ ਵੱਜ ਗਏ ਚੋਕੇ ਵੱਜ ਗਏ ਵੀਡੀਓ ਨੂੰ ਤੇ ਬਸ ਫਿਰ ਅਲਹਮਦੁਲਿਲਾ ਉਹ ਰੋਜ਼ ਇੱਕ ਟੇਬਲਾਂ ਦੇ ਵੀਡੀਓ ਪਾ ਦਿੰਦੀ ਸੀ ਤੇ ਕਰਦਿਆਂ ਕਰਦਿਆਂ ਅਲਹਮਦੁਲਿਲਾ ਅੱਜ

जटर साहब ही नहीं कि मैं ही उस पे मरता था जो भी उस पेड़ की छाँव में गया बैठ गया वो बैठ गया था मकसद यूं ही नहीं 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 था मैं उसके पेट में मरता था वो उसके पेड़ में गया था। पेड़ में, उसके गया पेड़ में नहीं गया था गया था तो वो मैं उसे वो मरता था ही मैं उसके पेड़ में नहीं गया था वो मैं उसके पेड़ में नहीं गया था वो उसके साथ नहीं मैं मरता था पेट में गए तो मर जाएंगे वो मर जाएंगे ना मसला है ही नहीं नहीं मैं उसके पेट में गया था मैं उसके साथ गया था तो वो उसके साथ नहीं गया था, मैं उसके साथ में गया था तो वो मरता था।, था इंडिया का रीमेक बना रहे हैं। क्या बना रहे पापी चूलो पापी चूलो पापी चूलो चूलो पापी चूलो चूलो पापी चूलो ऐसा मकसद है वे तुसा ना पापी सी ਅਈ ਤੇਨਾ ਚੂਲੋ ਕਰਾਂਗੇ ਤੂੰ ਸਾ ਨਾ ਪਾਪੀ ਨਹੀਂ ਕੀਤੀ ਤੇ ਤੇਨਾ ਚੂਲੋ ਕਿੱਥੇ ਕਰਨੀ ਸੀ ਤੂੰ ਸਾ ਨਾ ਚੂਲੋ ਕਰਦਾ ਰਹੇਗਾ ਅਈ ਤੇਨਾ ਪਾਪੀ ਕਰਾਂਗੇ ਤੂੰ ਸਾ ਨਾ ਚੂਲੋ ਨਹੀਂ ਕੀਤੀ ਤੇ ਤੇਨਾ ਪਾਪੀ ਕਿੱਥੇ ਕਰਨੀ ਸੀ ਕਰਕੇ ਛੱਡਾਂਗੇ ਜੱਟ ਸਾਹਿਬ ਹੋਰ ਕੋਈ ਜਰਾ ਅੰਦਰੋਂ ਸੁਣੇ ਮੈਂ ਨੇ ਆਪਕੋ ਕਹਾ ਜੋ ਹੋਗਾ ਆਇਆ ਹੋਊ ਜੱਟ ਸਾਹਿਬ ਜੱਟ ਸਾਹਿਬ ਤੁਹਾਡਾ ਇੱਕ ਕੀ ਸੀ ਬੜਾ ਕਿ ਫੁੱਲਾਂ ਜਿਹਾ ਦਿਲ ਤੇਰਾ ਆਹੋ ਜੀ ਕਿਸ ਤਰ੍ਹਾਂ ਸੀ ਉਹ ਫੁੱਲਾਂ ਜਿਆਂ ਦਿਲ ਤੇਰਾ ਫੁੱਲਾਂ ਜਿਆਂ ਦਿਲ ਤੇਰਾ ਕਦੇ ਮੈਂ ਸਤਾਵਾ ਕਦੇ ਮੈਂ ਸਤਾਵਾ ਅੱਲਾ ਕਰੇ ਜਾਂ ਮੈਂ ਮਰ ਜਾਵਾਂ ਜਾਂ ਤੂੰ ਮਰ ਜਾਏ ਕਿਸੇ ਇੱਕ ਨੂੰ ਮਾਰਨਾ ਹੀ ਹੈ ਆਹੋ ਜੀ ਹੋ ਜਾਂਦਾ ਕੋ ਪਿਆਰ ਚ ਕੋਈ ਮਾਫੀ ਨਹੀਂ ਆਹ ਜੀ ਹੋ ਜਾਂਦਾ ਜੀ ਜੱਟ ਸਾਹਿਬ ਇੱਕ ਬੜਾ ਮਸ਼ਹੂਰ ਸੀ ਤੁਸੀਂ ਉਹ ਗਾਣਾ ਸੁਣਾਉਂਦੇ ਹੋ ਪਰਦੇਸੀਆਂ ਵਾਸਤੇ ਕਿ ਪਰਦੇਸੀਆਂੋਂ ਸੇ ਪੁੱਛ ਪੁੱਛ ਮੈਂ ਰੋਈ ਮੈਂ ਮੇਰਾ ਮਾਹੀ ਵਾਪਸ ਕਿਉਂ ਨਹੀਂ ਆਇਆ ਪਰਦੇਸੀਆਂ ਸੇ ਪੁੱਛ ਪੁੱਛ ਮੈਂ ਰੋਈ ਮੈਂ ਮੇਰਾ ਮਾਹੀ ਵਾਪਸ ਕਿਉਂ ਨਹੀਂ ਆਇਆ ਉਹਨੂੰ ਆਣਾ ਚਾਹੀਦਾ ਸੀ ਵਾਪਸ ਉਹ ਫੇਰ ਵੀ ਨਹੀਂ ਆਇਆ ਉਹਨੂੰ ਆਖਿਆ ਸੀ ਤੂੰ ਆ ਜਾ ਚੰਗਾ ਰਹੇਗਾ ਉਹਨੂੰ ਆਖਿਆ ਸੀ ਉਹਨੇ ਆਖਿਆ ਸੀ ਮੈਂ ਨਹੀਂ ਚੰਗਾ ਰਹਾਂਗਾ ਤੂੰ ਚੰਗੀ ਰਹੇਗੀ ਮੈਂ ਆਖਿਆ ਸੀ ਤੂੰ ਚੰਗਾ ਰਹੇਗਾ ਨਹੀਂ ਮੈਂ ਚੰਗਾ ਰਹਾਂਗਾ ਸਾਰੇ ਚੰਗੇ ਰਹਿਣਗੇ ਹਾਂ ਜੀ ਵਾਪਸ ਆ ਜਾਣਗੇ ਸਾਰੇ ਚੰਗੇ ਰਹਿਣਗੇ ਉਹ ਇੱਕ ਮਲਕੂ ਸਿੰਗਰ ਹੈਗਾ ਉਹਦਾ ਨੱਕ ਦਾ ਕੋਕਾ ਨਹੀਂ ਲੱਭ ਰਿਹਾ ਕੱਲ ਦਾ ਹਾਂ ਜੀ ਉਹ ਮੈਂ ਤੁਹਾਨੂੰ ਕਹਿਣ ਦਿਆਂ ਨੱਕ ਦਾ ਕੋਕਾ ਲੱਭ ਟੋਕੋ ਕ ਲਬ ਲਬ ਸ਼ੇਰ ਸ਼ਿਆਰੀ ਲਬੇ ਹੀ ਨਹੀਂ 804 ਤੇ ਨੱਕ ਦਾ ਕੋਕਾ ਲਬ ਲਬ ਟੋਕਾ ਲਬ ਲਬ ਸ਼ੇਰ ਸ਼ਿਆਰੀ ਲਬੇ ਹੀ ਨਹੀਂ ਕ ਲਬ ਜੇਗਾ ਦੁਆ ਕਰਨੇ ਲਬ ਜੇ ਅੱਛਾ ਜੱਟ ਸਾਹਿਬ ਦੱਸੋ ਕੋ ਤੁਹਾਡਾ ਵੀ ਕੋ ਫਿਊਚਰ ਪਲਾਨ ਹੈ ਕੋ ਸਿੰਗਰ ਬਣੋ ਤੁਸੀਂ ਵੀ ਕੋ ਆਪਣਾ ਕੋ ਵੀਡੀਓ ਬਣਾਓ ਜ਼ਰਾ ਗਾਣੇ ਸ਼ਾਨੇ ਗਾਓ ਨਹੀਂ ਸਾਡੇ ਗਾਣੇ ਲੱਗ ਨਹੀਂ ਗਾਣੇ ਲੱਗਣਗੇ ਆਹੋ ਜੀ ਇੰਡੀਆ ਭੇਜਾਂਗੇ ਮਿਊਜ਼ਿਕ ਤੁਹਾਡਾ ਆਹ ਜੀ ਸਾਡੇ ਇੰਡੀਆ ਜਾਣਦੇ ਨਹੀਂ ਗਾਣੇ ਇੰਡੀਆ ਵਾਲੇ ਜਿਹੜੇ ਗਾਣੇ ਬਣਾਉਂਦੇ ਨੇ ਮਜ਼ੇਦਾਰ ਨਹੀਂ ਬਣਾਉਂਦੇ ਉਹ ਬੰਦੇ ਕਿਉਂ ਨਹੀਂ ਬੰਦੇ ਉਹ ਇੰਡੀਆ ਵਾਲੇ ਆਪ ਕੱਲ ਦੇਣ ਸਾਨੂੰ ਤੇ ਆ ਸ਼ੇਰ ਤੇ ਆਂਦੇ ਨੇ ਸਾਨੂੰ ਆਣ ਕੇ ਤੁਹਾਡੇ ਟਿਕਟੋਕ ਤੁਹਾਡੀ ਬਣਾਣੀ ਹੈ ਤੇ ਆਖਿਆ ਲੀ ਲੋ ਗਿੱਲੋ ਟਿਕਟੋਕ ਟਿਕਟੋਕ ਉਹਨਾਂ ਨੇ ਦੇ ਦਈਏ ਹਾਂ ਉਹਨਾਂ ਨੂੰ ਟਿਕਟੋਕ ਦੇਣੇ ਆ ਆਪਣੇ ਬਣਾਓ ਕੋ ਚੰਗਾ ਜੇ ਸਾਡੀ ਟਿਕਟੋਕ ਫਿਰ ਚਾੜ ਦੇਣ ਆਪਣੇ ਇਹ ਗਾਣਿਆਂ ਚ ਸਾਡੀ ਟਿਕਟੋਕ ਆਪ ਚਾੜ ਦੇਣੇ ਹਾਂ ਜੱਟ ਸਾਹਿਬ ਕਹਿ ਰਹੇ ਹੈ ਕਿ ਇੰਡੀਆ ਵਾਲੇ ہماری ਟਿਕਟੋਕ ਕੇ ਕਲਿੱਪਸ ਯੂਜ਼ ਕਰਤੇ ਹਨ ਖੁਦ ਯੂਜ਼ ਕਰਤੇ ਹਨ ਵਾਹ ਪੇ ਲਗਾਤੇ ਹਨ ਹਾਂ ਹਾਂ ਕੋਈ ਇੰਡੀਆ ਵਾਸਤੇ ਕੋਈ ਗਾਣਾ ਗਾਓ ਕੋਈ ਗਾਣਾ ਇੰਡੀਆ ਵਾਸਤੇ ਹੁਣ ਕਈ ਸੁਣਾਣੇ ਆ ਜੀ ਹੁਣ ਕਈ ਹੁੰਦੇ ਕਿਹੜੇ ਮਰਜੀ ਹੋਣ ਹੁਣ ਜੀਤਾ ਥਾ ਜਿਸਕੇ ਲਈ ਚਲੋ ਵੀ ਮੈਂ ਸੁਣਾ deta ਹੂੰ ਜੀਤਾ ਥਾ ਜਿਸਕੇ ਲਈ ਜਿਸਕੇ ਲਈ ਮਰਤਾ ਥਾ ਵਾਸੀ ਉਹ ਲੜਕੀ ਥੀ ਜਿਸੇ ਮੈਂ ਪਿਆਰ ਕਰਤਾ ਥਾ ਅਜਾ ਜੱਟ ਸਾਹਿਬ ਗੱਲ ਦੱਸੋ ਹਾਂ ਇੰਡੀਆ ਦੀ ਫਿਲਮ ਦਾ ਹੀਰੋ ਹੈਗਾ ਠੀਕ ਹੈ ਉਹ ਨਾ ਪਾਕਿਸਤਾਨ ਬਾਰੇ ਬੜੀਆਂ ਗੱਲਾਂ ਕਰਦਾ ਹੈ ਹਾਂ ਜੀ ਹੁੰਦੇ ਉਹ ਕਹਿੰਦਾ ਜੀ ਮੇਰਾ 2.5 ਕਿਲੋ ਦਾ ਹੱਤੇ ਤੇ ਮੈਂ ਇੰਜ ਕਰਦਾ ਇੰਜ ਕਰਦਾ ਦੱਸੋ ਨਾ ਕਿ ਯਾ ਕਰ ਸਾਡੇ ਜੱਟ ਜਟਾਂ ਦਾ ਵਾਸਤਾ ਨਹੀਂ ਪਿਆ ਹਜੇ ਮਕਸਦ ਹੈ ਵੇ ਪਾਜੀ ਇੱਕ ਪਾਕਿਸਤਾਨ ਦਾ ਹੀਰੋ ਵੇ ਉਹ ਆਂਦਾ ਵੇ ਮੈਂ ਪਾਜੀ ਪਾਕਿਸਤਾਨ ਦਾ ਹੀਰੋ ਬਣਾਉਣਾ ਚਾਹਨਾ ਵਾਂ ਤੇ ਉਹਨੂੰ ਆਖਿਆ ਜੀ ਤੂੰ ਹੀਰੋ ਬਣਾ ਚਾਹਨਾ ਹੈ ਨਾ ਤੇ ਤੂੰ ਸਾਡੇ ਨਾਲ ਪਿਆਰ ਕਰੇਂਗਾ ਤੂੰ ਸਾਨੂੰ ਪਿਆਰ ਕਰਦਾ ਰਹੇਂਗਾ ਤੇ ਅਸੀਂ ਤੇਰੇ ਨਾਲ ਹੀਰੋ ਬੰਦੇ ਰਹਾਂਗੇ ਸੁਣ ਜਟਸਵ ਦਾ ਪਿਆਰ ਦਾ ਪੈਗਾਮ ਸੁਣੇ अच्छा आ, चिमा साहब जरा कोई जो पहाड़े वाली अप स्टोरी बता रहे थे कि स्कूल में इन्होंने टेबल्स पहाड़े सुनाए थे उसके बाद वो हुआ था जरा कोई सुने इनसे जरा कैसे सुनाते हैं ये जट साहब ਤੁਹਾਨੂੰ جناب 8 ਦਾ ਪਹਾੜਾ ਸੁਣਾਉਣਗੇ اچھا ਜੀ ਜੀ ਜਟ ਸਾਹਿਬ 8 ਦਾ ਪਹਾੜਾ ਸੁਣਾਓ ਹਾਂ 1 8 8 2 16 3 24 4 32 5 40 6 56 7 56 8 56 10 100 100 ਅਸੀਂ ਵਾਹ ਨਾ ਜੱਟ ਸਾਹਿਬ ਸਹੀ ਸਮਝ ਆਈਏ ਕਿਸੇ ਕੋਈ ਨਹੀਂ 12 ਸਾਲ ਫੇਰ ਸੁਣਾ ਦਿੰਦਾ ਹਾਂ 18828 16 38 24 48 32 58 40 68 48 75 56 1080 1080 ਦੇਖੋ ਜੱਟ ਦਾ ਮਕਸਦ ਇਹ ਵੇ ਕਿ 1888 ਤੋਂ ਸ਼ੁਰੂ ਕਰਨਾ ਹੈ ਤੇ 80 ਦੇ ਖਤਮ ਕਰਨਾ 1080 ਬਸ ਬਾਕੀ ਵਿੱਚ ਜਿਹੜਾ ਕੋ ਹੁੰਦਾ ਹੈ ਉਹ ਕੰਮ ਨੂੰ ਆਪੇ ਹੀ ਬੰਦਾ ਸੁਣ ਨਾਲ ਇਕੱਠਾ-ਕੁੱਠਾ ਕਰ ਲੈਂਦਾ ਹੈ ਸੁਣਦੀ ਹੈ ਬਾਕੀ ਪਹਾੜਾ ਖੁਦ ਇਕੱਠਾ ਕਰਨਾ ਆਪਣੇ ਬਿਲਕੁਲ ਸੁਣ ਨਾਲ ਵੀ ਥੋੜੀ ਮਿਹਨਤ ਕਰਨਾ ਠੀਕ ਉਹਨਾਂ ਦਾ ਵੀ ਹੱਕ ਮੰਨਦਾ ਹੈ ਨਾ ਜੱਟ ਸਾਹਿਬ ਆਪ ਇਹ ਬਤਾਏ ਕਿ ਅਬ ਫਿਚਰ ਪਲੈਨਿੰਗਸ ਕੀ ਆ ਹੈ ਮੈਂ ਤਾਂ ਇਹ ਜਿਸ ਤਰ੍ਹਾਂ ਦਾ ਇਨਕਾ ਕੰਟੈਂਟ ਹੈ ਨਾ ਯਕੀਨ ਜਾਣੇ ਕਿ ਆਵਾਮ ਬੜਾ ਇੰਜੋਏ ਕਰਦੀ ਹੈ ਤਾਂ ਆਪ ਇਸ ਕੋ ਪ੍ਰੋਪਰ ਜੁਆ ਹੈ ਨਾ ਇਸ ਕਾ ਚੈਨਲ ਬਣਾ ਕੇ ਔਰ ਆਪ ਡੇਲੀ ਆਏ ਵਲੋਗਿੰਗ ਕੀ ਤਰਫ ਆਏ ਇਨਸ਼ਾ ਅੱਲਾ ਜੀ ਇਨਸ਼ਾ ਅੱਲਾ ਜ਼ਰੂਰ ਪਹਿਲੇ ਤੇ ਇਹ ਸਾਡਾ ਸ਼ੁਕਰ ਸ਼ੁਕਰ ਜੀ ਜਦੋਂ ਅੱਲਾ ਪਾਕ ਨੇ ਇੱਜ਼ਤ ਦਿੱਤੀ ਏ ਅੱਲਾ ਪਾਕ ਨੇ ਇਸ਼ਤਾਨ ਨਾਲ ਨਮਾਜ਼ਿਆ ਹੁਣ ਸਾਡਾ ਪਲਾਨ ਇਹ ਵੇ ਕਿ ਅਸੀਂ ਇਸੇ ਕੰਟੈਂਟ ਨੂੰ ਇਹਨੂੰ ਇਸ ਤਰ੍ਹਾਂ ਦਾ ਅਪਡੇਟ ਕਰੀਏ ਕਿ ਨਾ ਕੋਈ ਜੁਗਤਬਾਜ਼ੀ ਹੋਵੇ ਨਾ ਇਹਦੇ ਵਿੱਚ ਕੋਈ ਕਿਸੇ ਕੋਈ ਦੂਸਰਾ ਯਾਨੀ ਕਿ ਫਾਸ਼ੀ ਹੋਵੇ ਲੇਕਿਨ ਕੰਟੈਂਟ ਇਹ ਮਾਦਾ ਲੈ ਕੇ ਆਵਾਂਗੇ ਕਿ ਸਾਫ਼ ਸੁਥਰਾ ਬਿਲਕੁਲ ਫੈਮਿਲੀ ਕੰਟੈਂਟ ਅਲhamdulillah ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਏ ਕਿ ਪੂਰੇ ਟਿਕਟੌਕ ਪਲੇਟਫਾਰਮ ਤੇ ਬਲਕਿ ਜਿੰਨਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਕੋਈ ਜੁਗਤਾ ਮਾਰ ਕੇ ਹਸਾਂਦਾ ਪਿਆ ਕਿਸੇ ਨੂੰ ਠੀਕ ਹੈ ਕੋਈ ਪੁੱਠੀਆਂ ਸਿੱਧੀਆਂ ਹਰਕਤਾਂ ਕਰਕੇ ਹਸਾਂਦਾ ਪਿਆ ਨਾ ਕੀ ਆਦਾ ਖਿਆਲ ਨਹੀਂ ਰੱਖਿਆ ਜਾਦਾ ਨਾ ਕੀ ਆਦਾ ਬਿਲਕੁਲ ਖਿਆਲ ਨਹੀਂ ਹੈਗਾ ਲੇਕਿਨ ਅਲਹਮਦੁਲਿਲਾ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਤੇ ਆਵਾਮ ਨੂੰ ਇਸ ਤਰ੍ਹਾਂ ਦਾ ਕੰਟੈਂਟ ਦਾਂਗੇ ਇਸ ਤਰ੍ਹਾਂ ਦੀ ਵੀਡੀਓ ਦਾਂਗੇ ਨਾ ਕੋਈ ਜੁਗਤਬਾਜ਼ੀ ਹੋਏਗੀ ਨਾ ਕਿਸੇ ਵਾਸਤੇ ਕੋਈ ਯਾਨੀ ਕਿ ਫਾਸ਼ੀ ਵੀਡੀਓ ਹੋਏਗੀ ਫੈਮਿਲੀ ਕੰਟੈਂਟ ਦਾਂਗੇ ਜਿਵੇਂ ਦਿਨੇ ਪੇਸਾ ਅਲਹਮਦੁਲਿਲਾ ਵੀ ਦਾਂਗੇ ਇਨਸ਼ਾਅੱਲਾ ਇਸ ਤਰ੍ਹਾਂ ਇੱਜ਼ਤ ਵੀ ਵਧੇਗੀ ਤਾਂ ਜੱਟ ਸਾਹਿਬ ਮੇਰਾ ਨਾਮ ਨਾ ਸਨੀ ਰਾਜਪੂਤ ਹੈ ਕੋ ਸਪੈਲਿੰਗ ਜਰਾ ਮੇਰੇ ਨਾਮ ਕੀ ਕਿਆ ਬਣੇਗਾ ਸਨੀ ਰਾਜਪੂਤ ਕੇ ਸਨੀ ਤੇ ਜਰ ਸਾਹਿਬ ਸਪੈਲਿੰਗ ਕੀ ਨੇ ਸਨੀ ਤੇ ਭਾਈ ਸਪੈਲਿੰਗ ਨੇ ਭਾਈ ਐਸ ਏ ਆਈ ਏ ਨਾ ਯਾ ਨਾ ਯਾ ਨਾ ਯਾਰ ਇਰ ਸਨੀ ਤੇ ਜਰ ਸਾਹਿਬ ਰਾਜਪੂਤ ਇਧਰ ਪੂਰਾ ਰਾਜਪੂਤ ਦੇ ਸਪੈਲਿੰਗ ਨੇ ਆਰ ਏ ਜੇ ਪੀ ਡਬਲਓ ਟੀ ਰਾਜਪੂਤ ਕੀ ਰਾਜਪੂਤ ਦੇ ਨਾਮ ਭਾਈ ਸਪੈਲਿੰਗ ਨੇ ਭਾਈ ਆਰ ਏ ਆਰ ਇ ਯਾਰ ਇ ਯਾਰ ਏ ਆਰ ਰਾਜਾ ਬੈਨੇ ਯਰ ਯਰ ਕਿਦ ਤਰ੍ਹਾਂ ਆ ਗਏ ਮੇਰੇ ਨਾਂ ਚ ਇਹ ਮੇਰੇ ਸਪੈਲਿੰਗ ਦੱਸਣ ਦਾ ਮਕਸਦ ਇਹ ਵੀ ਹੈ ਕਿ ਅਕਸਰ ਦੋਸਤਾਂ ਨੇ ਥੱਲੇ ਕਮੈਂਟ ਕੀਤੇ ਹੁੰਦੇ ਨੇ ਕਿ ਜੱਟ ਸਾਹਿਬ ਨੂੰ ਪਤਾ ਨਹੀਂ ਸਿਖਾਇਆ ਪੜਾਇਆ ਜਾਂਦਾ ਕੋਈ ਜੱਟ ਸਾਹਿਬ ਉਹ ਮੈਂ ਪਹਿਲੇ ਸਪੈਲਿੰਗ ਦੱਸ ਕੇ ਤੁਹਾਨੂੰ ਇਹ ਵਹਾਰਨਾ ਚਾਹਨਾ ਕਿ ਜੱਟ ਸਾਹਿਬ ਜੋ ਹੈ ਨੇ ਇਹ ਰੀਅਲ ਨੇ ਜੋ ਇਹਨਾਂ ਦੇ ਜ਼ਿਹਨ ਚ ਗੱਲ ਆਣੀ ਹੈ ਨਾ ਉਹ ਹੀ ਕਰਨੀ ਹੈ ਕਿਸੇ ਦੀ ਕਾਪੀ ਨਹੀਂ ਕਰਦੇ ਜੱਟ ਸਾਹਿਬ ਨੇ ਫਿਲਬਦੀ ਬਾਤ ਕਰਤੇ ਹਨ ਉਹਨਾਂ ਨੇ origignal spellings ਪੜ ਕੇ ਬਤਾਏ ਹਨ ਲੇਕਿਨ ਰਿਪੀਟ ਮੈਂ ਉਹਨਾਂ ਨੇ ਫਿਰ ਵੀ ਆਪਣਾ ਹੀ ਛਸ਼ਕਾ ਵਿੱਚ ਮਾ ਲਾ ਚੋ ਜੱਟ ਸਾਹਿਬ ਐਂਡ ਤੇ ਜ਼ਰਾ ਮੇਰਾ ਚ YouTube ਚੈਨਲ ਹੈ ਉਹਨਾਂ ਕੋ ਜੀ ਸਬਸਕ੍ਰਾਈਬ ਕਰੋ ਜੀ ਸਾਰੇ ਦੋਸਤ ਜੱਟ ਸਾਹਿਬ ਸਾਰੇ ਦੋਸਤ ਭਾਈ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਫਾਲੋ ਕਰੋ ਸ਼ੇਅਰ ਕਰੋ ਭਾਈ ਸਾਰੇ ਦੋਸਤ ਭਾਈ ਆ ਆਪਕੇ ਚੈਨਲ ਨੂੰ ਲਾਈਵ ਕਰੋ ਔਰ ਸ਼ੇਅਰ ਨੂੰ ਸ਼ੇਅਰ ਕਰੋ ਤੇ ਔਰ ਸ਼ਾਇਰ ਨੂੰ ਸ਼ੇਅਰੀ ਕਰੋ ਇਹਨਾਂ ਦੇ ਚੈਨਲ ਉੱਤੇ ਲਾਜੋ ਸ਼ੇਅਰ ਭਾਈ ਇਹਨਾਂ ਦੇ ਉੱਤੇ ਲੈ ਜਾਓ ਇਹਨਾਂ ਨੂੰ ਨਹੀਂ ਇਹਨਾਂ ਦੇ ਚੈਨਲ ਉੱਤੇ ਨਹੀਂ ਇਹਨਾਂ ਦੇ ਸ਼ਾਇਰੀ ਨੂੰ ਭਾਈ ਸ਼ਾਇਰ ਨੂੰ ਕਰਨਾ ਚੈਨਲ ਨੂੰ ਉੱਤੇ ਲਾਜੋ ਕੀ ਚੈਨਲ ਨੂੰ ਕੀ ਕਰਨ चैनल चैनल है तेज हो वे। हो। <laughs> तेज जट साहब की बड़ी प्यारी प्यारी मीठी मीठी बातें हमने सुनी है और जनरली ये नेचुरल है सारा और जो इनकी बातों से मुस्कुराहट आती है वो भी नेचुरल है तो हम इनको जरूर इस चीज़ की दुआ देंगे उनसे दुआ भी करवाएंगे अल्लाह इनको इस तरह इज्जत दे और ये पॉजिटिव कॉन्टेंट में फैलाते रहें मिलते हैं किसी नेक्स्ट वीडियो में अल्लाह